ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਲੰਗਰਾਂ ਦੀ ਚਰਚਾ ਦੂਰ ਦੂਰ ਤੱਕ ਫੈਲਣ ਲੱਗੀ। ਕਈ ਥਾਵਾਂ ਤੇ ਚਰਚਾ ਹੋਣ ਲੱਗੀ ਕਿ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦਾ ਲੰਗਰ ਬਿਨਾਂ ਕਿਸੇ ਭੇਦਭਾਵ ਤੋਂ ਵਰਤਾਇਆ ਜਾਂਦਾ ਤੇ ਭਾਵੇਂ ਕੋਈ ਅਮੀਰ ਹੋਵੇ ਭਾਵੇਂ ਗਰੀਬ ਹੈ ਸਭ ਨੂੰ ਇੱਕੋ ਪ੍ਰਕਾਰ ਦਾ ਲੰਗਰ ਛਕਾਇਆ ਜਾਂਦਾ। ਗੁਰੂ ਜੀ ਦੇ ਲੰਗਰਾਂ ਦੀ ਚਰਚਾ ਸੁਣ ਕੇ ਸੰਗਤਾਂ ਦੂਰੋਂ ਨੇੜਿਓ ਆ ਕੇ ਨਾਲੇ ਤੇ ਲੰਗਰ ਛਕਦੀਆਂ ਤੇ ਨਾਲੇ ਸੇਵਾ ਕਰਕੇ ਆਪਣੇ ਜੀਵਨ ਸਫਲ ਬਣਾਉਂਦੀਆਂ। ਖੁੱਲ੍ਹਾ ਲੰਗਰ ਵਰਤਿਆ ਦੇਖ ਕੇ ਕਈ ਨਿਖੱਟੂ ਲੋਕ ਗੁਰੂ ਦੇ ਲੰਗਰ ਦਾ ਗਲਤ ਫਾਇਦਾ ਚੁੱਕਣ ਲੱਗੇ। ਇਹਨਾਂ ਵਿੱਚੋਂ ਇੱਕ ਸੀ ਮਾੜਾ ਨਾਮ ਦਾ ਵਿਅਕਤੀ, ਜਿਹੜਾ ਕਿ ਬੈਠ ਕੇ ਦੋਨੋਂ ਸਮੇਂ ਲੰਗਰ ਛਕਦਾ ਸੀ, ਆਰਾਮ ਕਰਨ ਵਾਸਤੇ ਦੂਰ ਕਿਸੇ ਪੇੜ ਦੀ ਛਾਂ ਹੇਠਾਂ ਬੈਠ ਕੇ ਆਰਾਮ ਕਰਦਾ ਲੰਮਾ ਪੈ ਜਾਂਦਾ। ਉਸ ਵਿਅਕਤੀ ਨੂੰ ਇਸ ਤਰ੍ਹਾਂ ਕਰਦੇ ਬੜੇ ਦਿਨ ਬੀਤ ਗਏ ਸਨ ਤੇ ਗੁਰੂ ਘਰ ਦੇ ਸੇਵਾਦਾਰ ਨੇ ਉਸ ਨੂੰ ਸਮਝਾਇਆ ਕਿ ਭਾਈ ਜੀ, ਗੁਰੂ ਘਰ ਦੀ ਸੇਵਾ ਕਰਕੇ ਲੋਕ ਆਪਣਾ ਜੀਵਨ ਸਫਲ ਬਣਾਉਂਦੇ ਨੇ ਤੇ ਤੁਸੀਂ ਵੀ ਥੋੜ੍ਹੀ ਬਹੁਤੀ ਸੇਵਾ ਜ਼ਰੂਰ ਕਰਿਆ ਕਰੋ। ਤਾਂ ਸੇਵਾਦਾਰ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਵਿਅਕਤੀ ਬੋਲਿਆ, ਮੈਂ ਗੁਰੂ ਅੰਗਦ ਦੇਵ ਜੀ ਦਾ ਸੇਵਕ ਹਾਂ ਤੇ ਮੈਂ ਉਹਨਾਂ ਦਾ ਹੀ ਸਿਰਫ ਸੇਵਾ ਕਰਾਂਗਾ, ਤੁਹਾਡੇ ਕਹਿਣ ਉੱਤੇ ਮੈਂ ਸੇਵਾ ਬਿਲਕੁਲ ਨਹੀਂ ਕਰਾਂਗਾ। ਇਸ ਪ੍ਰਕਾਰ ਕਰਦਿਆਂ ਕੁਝ ਦਿਨ ਹੋਰ ਨਿਕਲ ਗਏ ਤਾਂ ਇੱਕ ਦਿਨ ਉਸ ਵਿਅਕਤੀ ਨੂੰ ਬਾਬਾ ਬੁੱਢਾ ਜੀ ਨੇ ਵੀ ਸਮਝਾਇਆ ਕਿ ਅਸਥਾਨ ਸਿਰਫ ਲੰਗਰ ਛਕਣ ਲਈ ਨਹੀਂ ਹੈ ਬਲਕਿ ਇਸ ਸਥਾਨ ਪ੍ਰਾਪਤੀਆਂ ਕਰਨ ਦਾ ਵੀ ਹੈ, ਤਾਂ ਇਸ ਤਰ੍ਹਾਂ ਕਰਨ ਨਾਲ ਸਿਰ ਉੱਤੇ ਭਾਰ ਚੜ ਜਾਵੇਗਾ। ਬਾਬਾ ਬੁੱਢਾ ਜੀ ਨੇ ਉਸ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨੇ ਸਮਝਿਆ ਤੇ ਗੁਰੂ ਜੀ ਦੇ ਸਾਹਮਣੇ ਖੜਾ ਹੋ ਗਿਆ ਤੇ ਆਪ ਤੇ ਆਖਣ ਲੱਗਾ, ਗੁਰੂ ਜੀ, ਤੁਹਾਡੇ ਸੇਵਾਦਾਰ ਮੇਰੇ ਨਾਲ ਈਰਖਾ ਕਰਦੇ ਸਨ, ਮੈਨੂੰ ਚੈਨ ਨਾਲ ਜੀਣ ਨਹੀਂ ਦਿੰਦੇ ਤਾਂ ਮੈਨੂੰ ਬੋਲਦੇ ਹਨ ਤੇ ਤੂੰ ਸੰਗਤ ਦੀ ਸੇਵਾ ਕਰਿਆ ਕਰ, ਪਰ ਮੈਂ ਲੋਕਾਂ ਦੀ ਸੇਵਾ ਕਿਉਂ ਕਰਾਂ, ਮੈਂ ਤਾਂ ਤੁਹਾਡਾ ਸੇਵਕ ਹਾਂ, ਮੈਂ ਤਾਂ ਕੇਵਲ ਤੁਹਾਡੀ ਸੇਵਾ ਕਰਾਂਗਾ, ਤੁਸੀਂ ਕਿਰਪਾ ਕਰਕੇ ਆਪਣੀ ਸੇਵਾ ਦੱਸੋ। ਉਸ ਵਿਅਕਤੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਸਮਝਾਇਆ ਕਿ ਸੰਗਤ ਦੀ ਸੇਵਾ ਵਿੱਚ ਹੀ ਰੱਬ ਦੀ ਸੇਵਾ ਹੁੰਦੀ ਹੈ ਕਿਉਂਕਿ ਪਰਮਾਤਮਾ ਸੰਗਤ ਵਿੱਚ ਹੀ ਵਾਸ ਕਰਦਾ ਹੈ। ਗੁਰੂ ਜੀ ਦੇ ਦੁਆਰਾ ਸਮਝਾਉਣ ਤੇ ਹੀ ਉਹ ਮੂਰਖ ਵਿਅਕਤੀ ਗੁਰੂ ਜੀ ਨਾਲ ਬਹਿਸਣ ਲੱਗ ਪਿਆ ਤੇ ਆਖਣ ਲੱਗਾ, ਨਹੀਂ ਗੁਰੂ ਜੀ, ਮੈਂ ਤੁਹਾਡੀ ਹੀ ਸੇਵਾ ਕਰਾਂਗਾ। ਉਸ ਵਿਅਕਤੀ ਦਾ ਮੂਰਖਾ ਵਾਲਾ ਹਾਲ ਦੇਖ ਕੇ ਗੁਰੂ ਜੀ ਨੇ ਉਸ ਵਿਅਕਤੀ ਨੂੰ ਆਦੇਸ਼ ਦਿੱਤਾ ਕਿ ਅੱਗ ਵਿੱਚ ਜਾ ਕੇ ਸੜ ਜਾ, ਤੇਰੇ ਵਾਸਤੇ ਸਾਡੀ ਇਹੀ ਸੇਵਾ ਹੈ। ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਵਿਅਕਤੀ ਬਦਲ ਗਿਆ ਕਿਉਂਕਿ ਗੁਰੂ ਜੀ ਦਾ ਆਦੇਸ਼ ਉਸ ਵਿਅਕਤੀ ਵਾਸਤੇ ਸੰਭਵ ਨਹੀਂ ਸੀ, ਕਠਿਨ ਵੀ ਬਹੁਤ ਸੀਗਾ। ਪਰ ਹੁਣ ਉਹ ਕਰਦਾ ਵੀ ਤਾਂ ਕੀ ਕਰਦਾ ਕਿਉਂਕਿ ਉਸਨੇ ਭਰੀ ਸੰਗਤ ਵਿੱਚ ਕਿਹਾ ਸੀ ਕਿ ਗੁਰੂ ਜੀ ਮੈਨੂੰ ਜੋ ਸੇਵਾ ਦੇਣਗੇ ਉਹ ਮੈਂ ਹੈ ਕਬੂਲ ਕਰਾਂਗਾ ਤੇ ਆਪਣਾ ਮਨ ਮਾਰ ਕੇ ਜੰਗਲ ਵਿੱਚ ਗਿਆ ਤਾਂ ਉੱਥੇ ਲੱਕੜੀਆਂ ਇਕੱਠੀਆਂ ਕਰਕੇ ਇੱਕ ਚਿਤਾ ਤਿਆਰ ਕਰ ਲਈ ਤੇ ਅੱਗ ਲਗਾ ਲਈ, ਪਰੰਤੂ ਉਸ ਅੱਗ ਵਿੱਚ ਜਾਣ ਦੀ ਉਸਦੀ ਹਿੰਮਤ ਨਹੀਂ ਪੈ ਰਹੀ ਸੀ। ਇੱਕ ਦੋ ਵਾਰ ਅੱਗ ਕੋਲ ਗਿਆ ਪਰ ਉਹ ਅੱਗ ਦੇ ਸੇਕ ਤੇ ਮਰਨ ਦੇ ਡਰ ਤੋਂ ਬਹੁਤ ਘਬਰਾ ਰਿਹਾ ਸੀ। ਉਸ ਵਿਅਕਤੀ ਨੂੰ ਇਸੇ ਤਰੀਕੇ ਨਾਲ ਕਰਦਿਆਂ ਕਰਦਿਆਂ ਦਰਖਤ ਪਿੱਛੇ ਲੁਕਿਆ ਇੱਕ ਚੋਰ ਦੇਖ ਰਿਹਾ ਸੀ ਜੋ ਕਿ ਲਾਗਲੇ ਪੈਂਦੇ ਨਗਰ ਕੋਲੋਂ ਇੱਕ ਔਰਤ ਦੇ ਗਹਿਣੇ ਚੋਰੀ ਕਰਕੇ ਲੈ ਆਇਆ ਸੀ ਤੇ ਸਰਕਾਰੀ ਬੰਦਿਆਂ ਦੀ ਮਾਰ ਤੋਂ ਬਚਣ ਲਈ ਇੱਥੇ ਜੰਗਲ ਵਿੱਚ ਲੁਕਿਆ ਸੀ। ਮਾੜੇ ਨੂੰ ਇਸ ਤਰ੍ਹਾਂ ਕਰਦਾ ਦੇਖ ਕੇ ਉਹ ਮਾੜੇ ਕੋਲ ਆ ਗਿਆ ਤਾਂ ਪੁੱਛਣ ਲੱਗਾ ਕਿ ਤੁਸੀਂ ਇਸ ਤਰੀਕੇ ਨਾਲ ਕਿਉਂ ਕਰ ਰਹੇ ਹੋ ਤੇ ਮਾੜੇ ਨੇ ਕਿਹਾ ਕਿ ਗੁਰੂ ਅੰਗਦ ਦੇਵ ਜੀ ਨੇ ਮੈਨੂੰ ਆਦੇਸ਼ ਦਿੱਤਾ ਹੈ, ਇਸ ਬਲਦੀ ਅੱਗ ਵਿੱਚ ਸੜ ਕੇ ਮਰ ਜਾ, ਇਹੀ ਸਾਡੀ ਸੇਵਾ, ਬਸ ਮੈਂ ਸਿਰਫ ਇਹੀ ਕਰ ਰਿਹਾ ਹਾਂ, ਪਰ ਮੈਨੂੰ ਇਸ ਅੱਗ ਤੋਂ ਮੌਤ ਤੋਂ ਬਹੁਤ ਡਰ ਲੱਗ ਰਿਹਾ, ਕੁਝ ਸਮਝ ਨਹੀਂ ਆ ਰਿਹਾ। ਤਾਂ ਮਾੜੇ ਦੇ ਮੂੰਹੋਂ ਇਹ ਗੱਲ ਸੁਣ ਕੇ ਉਸ ਚੋਰ ਨੇ ਕਿਹਾ ਕਿ ਭਾਈ, ਜੇ ਤੁਸੀਂ ਮੇਰੇ ਨਾਲ ਇੱਕ ਸੌਦਾ ਕਰੋਗੇ ਤਾਂ ਗੁਰੂ ਅੰਗਦ ਦੇਵ ਜੀ ਦਾ ਵਚਨ ਮੈਨੂੰ ਵੇਚ ਦਿਓ ਤਾਂ ਬਦਲੇ 'ਚ ਇਹ ਗਹਿਣੇ ਤੁਸੀਂ ਲੈ ਲਵੋ। ਤਾਂ ਚੋਰ ਦੇ ਮੂੰਹੋਂ ਇਹ ਸੁਣ ਕੇ ਮਾੜਾ ਬਹੁਤ ਖੁਸ਼ ਹੋਇਆ, ਉਸਨੇ ਸੌਦਾ ਮਨਜ਼ੂਰ ਕਰ ਲਿਆ, ਜਿਸ ਤੋਂ ਬਾਅਦ